स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड मकंद सिंह वाला श्री मुक्तसर साहब इहनू जिला पैंदा नेड़े जे दे आपां पिंडां दी गल करिए तां जंड साहब इहदे इक पासे भंगे वाले तो सड़क आउंदी है ते भंगे वाला पिंड जिहड़ा सादक तो मुक्तसर रोड दे उत्ते पैंदा सादक भी इत्थों नेड़े ही है। सो मकंदे वाले पिंड दे विचों आपां अज वीडियो बना रहे हैं ते बाई जी होरी इत्थे व्यापार दा काम करदे आ ज्यादातर गावां आउंदियां बाकी आपां डिटेल भी पुछांगे वीर तो भी किहड़े नग जिहड़े इत्थे देखण नूं मिलदे आ। तीन नग अज दी वीडियो च दिखाऊंगा जिहदे च इह इक वड्डी गां चंगे दुध वाली फार्म दी गां ते इह तों बिना दो गावां तुहानूं पहलां दिखाईआं मैं तुहानूं तीन नग टोटल इस वीडियो दे विच जिहड़े उह कवर करके दिखाउणे आ। तुसीं वीडियो नूं एंड तक देखिओ जिहनूं जिहड़ा नग चंगा लगूगा इत्थे तसल्ली करनी है ते उह तुहाडा हक है आपकी तसली करके खरीद लियो। रेट जिहड़े ओह लगभग इदां दे होणगे वी जिन्ने क वीर बोलूगा उन्ने क ची सौदे इन्हां दे करने आ बाकी पसंद जिहड़ी ओह तुहानूं होणी चाहीदी है। आओ शुरुआत करिए दोस्तों एक सोहणी सनक्खी वैड़ तों उदू बाद च नग एक देसी गां ते इह तों बिना एक एच एफ ओ लास्ट ते तुहानूं वड्डी दिखाऊंगा। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੀ ਬਾਈ ਜਗਦੀਪ ਸਿੰਘ ਜੀ। ਜਗਦੀਪ ਭਾਈ ਵਪਾਰ ਦਾ ਕੰਮ ਕਰਦੇ ਆ ਪੁਰਾਣਾ ਹੀ ਆ ਜਾਂ ਨਵਾਂ ਸ਼ੁਰੂ ਕੀਤਾ? ਬਸ ਨਵਾਂ ਹੀ ਰੱਖੋ ਜੀ ਬਸ। ਨਵਾਂ ਹੀ ਰੱਖੋ? ਹਾਂਜੀ ਠੀਕ ਆ। ਅੱਛਾ ਗਾਵਾਂ ਹੀ ਲਿਆਉਣੇ ਹੋ? ਹਾਂਜੀ ਗਾਵਾਂ ਵੀਰੇ। ਠੀਕ ਹੈ। ਅੱਜ ਜਿਹੜੀ ਇੱਕ ਗਾਂ ਪਹਿਲੇ ਨੰਬਰ ਤੇ ਖੜੀ ਹੈ ਕਿਨਵਾਂ ਸੂਆ ਸੁਣਦੀ? ਪਹਿਲਾ ਸੂਆ ਸੁਣਾ ਜੀ। ਪਹਿਲਾ ਸੂਆ ਸੁਣਾ। ਦੰਦੋਂ ਦੇਖੀ ਹੈ ਜਾਂ ਨਹੀਂ ਦੇਖੀ? ਦੰਦੋਂ ਦੇਖੀ ਨਹੀਂ, ਚੌਗੀ ਹੋਗੀ ਵੀਰੇ। ਅੰਦਾਜ਼ਾ ਵੀ ਚੌਗੀ ਹੋਊ ਪਰ ਦੇਖੀ ਨਹੀਂ? ਅੰਦਾਜ਼ਾ ਹਾਂ। ਦਿਨ ਕਿੰਨੇ ਲੈ ਜੂ? ਦਿਨ ਹਜੇ 12 13 ਪਏ ਬੱਚੀ ਦੇ। 12 13 ਦਿਨ ਹਜੇ ਲੈ ਜੂਗੀ? ਹਾਂਜੀ। ਪਹਿਲੇ ਸੂਏ 25 26 ਕਿਲੋ ਦੀ ਮਾਲਕ ਨਾ ਮੱਛੀ ਆਰਾਮ ਨਾਲ। ਠੀਕ ਹੈ। ਅੱਛਾ ਰੇਟ ਇਹਦਾ ਡਿਮਾਂਡ ਕੀ ਰੱਖਾਂਗੇ ਆਪਾਂ? ਰੇਟ ਵੀਰ ਜੀ 80,000 ਰੁਪਏ ਦਾ ਮੱਛੀ ਦਾ। ਕਿੰਨੇ ਕ ਦੀ ਛੱਡ ਦੇਾਂਗੇ ਜਾਂ? ਬਸ ਮਾਨਤਾਨ ਵੀਰ ਜੀ। ਠੀਕ ਹੈ ਖੋਲੀ ਨੂੰ। ਸੋ ਦੱਸੋ 80,000 ਰੁਪਇਆ ਇਹਦਾ ਰੇਟ ਹੈ। ਬਹੁਤ ਸੋਹਣੀ ਵੈੜ ਹੈ, ਤੁਹਾਨੂੰ ਪਸੰਦ ਆਊਗੀ। ਦਰਮਿਆਨੇ ਕੱਦ ਕਾਠ ਚ ਰੰਗ ਰੂਪ ਵੀ ਸੋਹਣਾ ਹੈ, ਵੇਲ ਹਾਈਟ ਜਿਹੜੀ ਉਹ ਵੀ ਚੰਗੀ ਦਿਸਦੀ ਹੈ। ਥਨ ਦਾ ਸਾਈਜ਼ ਜਿਹੜਾ ਉਹ ਹੱਥੀ ਚਵਾਈ ਵਾਲਾ ਤਿਆਰੀ ਹੁਣ ਸੋਹਣੀ ਹੈ ਪਰ ਅਜੇ 10-12 ਦਿਨ ਵੀਰ ਦੱਸਦਾ ਵੀ ਇਹ ਲੈਂਦੀ ਹੈ। ਸੋਹਣੀ ਵੈੜ ਆ ਦੱਸੋ, ਬਰੀਡ ਵਾਈਜ਼ ਵੀ ਤੁਹਾਨੂੰ ਪਸੰਦ ਆਊਗੀ। 80,000 ਰੁਪਇਆ ਰੇਟ ਹੈ, ਮਾਨ ਤਾਨ ਥੋੜ੍ਹਾ ਬਹੁਤ ਵੀਰ ਕਹਿੰਦਾ ਵਿੱਚੋਂ ਕਰ ਦਿਆਂਗੇ। ਉਹ ਬਹੁਤ ਸੋਹਣਾ ਥਨ ਦਿਸਦਾ, ਪਹਿਲਾ ਸੂਆ ਵੈੜ ਨੇ ਸੋਹਣਾ, ਢਾਂਚਾ ਬਹੁਤ ਚੰਗਾ। ਬਾਕੀ ਥਨ ਦਾ ਸਾਈਜ਼ ਤੁਹਾਨੂੰ ਨੇੜੇ ਤੋਂ ਵੀ ਦਿਖਾ ਦੂੰ, ਹੱਥੀ ਚਵਾਈ ਵਾਸਤੇ ਵੀ ਚੰਗਾ ਰਹਿਣਾ ਅਤੇ ਮਸ਼ੀਨੀ ਚਵਾਈ ਵੀ ਵਧੀਆ ਰਹੂਗੀ। ਉਹ ਪਹਿਲੇ ਨੰਬਰ 'ਤੇ ਇੱਕ ਸੋਹਣੀ ਵੈੜ ਐਚ ਐਫ ਨਸਲ ਫੇਸ ਦੀ ਬਿਊਟੀ ਵੀ ਦੇਖ ਸਕਦੇ ਹੋ ਬਾਈ ਬੰਦੇ। ਥਨ ਦਾ ਸਾਈਜ਼ ਜਿਹੜਾ ਉਹ ਦੱਸੋ ਬਹੁਤ ਚੰਗਾ ਇਹਦੇ ਲੱਗਾ, ਹਜੇ ਕੋਈ ਭਲੂਣ ਨਹੀਂ, ਹਵਾਨਾ ਪੱਕਾ ਹੀ ਦਿਸਦਾ ਜਿੰਨਾ ਵੀ ਹੈਗਾ ਕਿਉਂਕਿ ਦਿਨ ਪਏ ਆ ਤਾਂ ਹਜੇ ਭਲੂਣ ਇਹਨੇ ਚੱਕਣੀ ਹੈ। ਥਨ ਦਾ ਸਾਈਜ਼ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ। ਸੋ 80,000 ਰੁਪਇਆ ਰੇਟ ਪਹਿਲੇ ਨੰਬਰ 'ਤੇ ਜਿਹੜੀ ਵੈੜ ਹਰੇਕ ਦੇ ਪਸੰਦ ਆਉਣ ਵਾਲੀ ਹੈ। ਇਹਤੋਂ ਬਾਅਦ 'ਚ ਇੱਕ ਦੇਸੀ ਗਾਂ ਸਾਹੀਵਾਲ 'ਚ ਪੈਂਦੀ ਹੈ, ਰੰਗ ਇਹਦਾ ਜਿਹੜਾ ਕੌਫੀ ਕਲਰ ਹੈ। ਜਗਦੀਪ ਭਾਈ ਇਹ ਕਿੰਨਵਾਂ ਸੂਆ ਸੁਣਦੀ ਹੈ? ਇਹ ਦੂਜਾ ਸੂਆ ਵੀਰ ਜੀ। ਕਿੰਨੇ ਕੁ ਦਿਨ ਲਊਗੀ? ਇਹ 12-13 ਦਿਨ ਇਹਦੇ ਪਏ। ਇਹਦਾ ਰੇਟ ਕੀ ਰੱਖਾਂਗੇ? ਇਹਦਾ ਵੀ 55,000 ਰੁਪਏ। ਖੋਲੀ ਬਾਈ। ਸੋ ਦੱਸੋ 55,000 ਰੇਟ, 10-12 ਦਿਨ ਲੈਂਦੀ ਹੈ। ਦੇਸੀ ਗਾਂ ਜਿਹੜਾ ਵੀਰ ਪਸੰਦ ਕਰਦਾ ਤਾਂ ਇਹ ਸਾਹੀਵਾਲ 'ਚ ਪੈਂਦੀ ਹੈ। ਰੰਗ ਕਿਉਂਕਿ ਨਵਾਤੀ ਵੀਰ ਨੇ ਥੋੜ੍ਹਾ ਟਾਈਮ ਪਹਿਲਾਂ ਹੀ ਅਤੇ ਉਹਦੇ ਕਰਕੇ ਤੁਹਾਨੂੰ ਹੁਣ ਬਲੈਕ ਜਿਹਾ ਦਿਸੂਗਾ, ਕੌਫੀ ਕਲਰ ਦਿਸਦਾ। ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ, ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਦੇਸੀ ਗਾਵਾਂ ਜਿਹੜੇ ਵੀਰ ਘਰੇ ਰੱਖਣੀਆਂ ਪਸੰਦ ਕਰਦੇ ਆ ਤਾਂ ਉਹਨਾਂ ਵਾਸਤੇ ਖਾਸ ਹੈ। ਦੂਜਾ ਸੂਆ ਇਹ ਗਾਂ ਸੁਣਦੀ ਹੈ ਤੇ ਹਜੇ ਦਿਨ ਲਊਗੀ 10-12। ਪਹਿਲੇ ਸੂਏ 17-18 ਕਿਲੋ ਦੁੱਧ ਦਿੱਤਾ ਬੱਚੀ ਨੇ। ਠੀਕ ਹੈ, ਝੋਲੀ ਵਾਲੀ ਹੈ ਪੂਰੀ। 17-18 ਕਿਲੋ ਦੱਸੋ ਪਹਿਲਾਂ ਨੇ ਦੁੱਧ ਦਿੱਤਾ, ਬਾਕੀ ਤੁਸੀਂ ਬਹੁਤ ਬਣੂਗੀ ਆਪਣੇ ਸਾਦਨ ਵੇਲੇ ਤੋਂ ਆਈ ਹੈ ਇਹ। ਠੀਕ ਹੈ, ਚੰਗੀ ਤਿਆਰ ਹੋਣਾ ਦੱਸੋ ਇਸ ਵੈੜ ਨੇ, ਹਜੇ 10-12 ਦਿਨ ਲੈਂਦੀ ਹੈ। 55,000 ਇਹਦਾ ਰੇਟ ਹੈ। ਨਾੜਾ ਨੂੜਾ ਦੇਖੋ ਬੱਚੀ ਦੇ ਨਾ, ਹਜੇ ਨਵਾਈ ਕਰਕੇ ਚਾਹੂਗਾ, ਨਾੜਾ ਨੂੜਾ ਹੈਗੀ ਆ ਲੈਵੇ। ਠੀਕ ਹੈ। ਇਹ ਤੋਂ ਬਿਨਾ ਲਾਸਟ ਉੱਤੇ ਜਿਹੜੀ ਗਾਂ ਦਿਖਾਉਣੀ ਹੈ ਇਹ ਘਰੇਲੂ ਆ ਜਾਂ ਫਾਰਮ? ਨਹੀਂ, ਫਾਰਮ ਤੋਂ ਲਈ ਹੈ ਵਿੱਚ। ਠੀਕ ਹੈ, ਕਿੰਨਵਾਂ ਸੂਆ? ਇਹ ਦੂਜਾ ਸੂਆ ਵੀਰੇ। ਦੂਜਾ ਸੂਆ ਦਿਨ ਕਿੰਨੇ ਲੈ ਜੂਗੀ? ਇਹ ਦਿਨ ਦੇ 20 ਜੂਨ ਨੂੰ 9 ਮਹੀਨੇ 9 ਦਿਨ 20 ਫਰਵਰੀ ਨੂੰ 9 ਮਹੀਨੇ 9 ਦਿਨ ਪੂਰੇ ਹੋਣੇ ਜੀ। 20 ਫਰਵਰੀ ਨੂੰ? ਹਾਂਜੀ। ਹਜੇ ਤਾਂ ਫਿਰ 20 ਦਿਨ ਹੀ ਪਏ ਹੈ। ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖਿਆ ਬਾਈ? ਇਹਦਾ 1,30,000 ਰੁਪਏ। 1,30,000? ਹਾਂਜੀ, ਜੂਨੀਅਰ ਟੀਕੇ ਦੀ ਆਪ ਆ ਜੀ ਤੇ ਅੱਗੇ 40-110 ਤੋਂ 20 ਤੋਂ ਹੈਗੀ ਹੈ, ਡੈਨਮਾਰਕ ਤੋਂ ਗੱਬਣ। 40-120 ਤੋਂ ਗੱਬਣ ਹੈ ਤੇ ਜੂਨੀਅਰ ਦੀ ਆਪ ਹੈ। ਆਪ ਜੀ। ਠੀਕ ਹੈ, ਤੇ ਇਹਦਾ ਦੁੱਧ ਦਾ ਕੀ ਰਿਕਾਰਡ ਦੱਸਿਆ? ਇਹਦਾ 38 ਕਿਲੋ ਜੀ, ਕੰਡੇ ਚੜਿਆ ਸੀਗਾ ਮਾਲਕਾਂ ਨੇ ਦੱਸਿਆ। ਹਾਂਜੀ, ਆਪਾਂ ਰਿਕਾਰਡ ਵੇਖ ਕੇ ਲਈਏ ਬੱਚੀ। ਠੀਕ ਹੈ, ਖੋਲੀ ਬਾਈ। ਸੋ ਦੱਸੋ ਹਜੇ ਕੱਚੀ ਆ, 20 ਦਿਨਾਂ ਦੀ, 1,30,000 ਰੇਟ ਹੈ। ਤੋਰ ਕੇ ਵੀਰ ਦਿਖਾਊਗਾ, ਹਾਈਟ ਲੈਂਥ ਚੰਗੀ ਹੈ, ਫਾਰਮ ਦੇ ਵਿੱਚੋਂ ਇਹ ਗਾਂ ਆਈ ਹੈ, ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ। ਥਨ ਦਾ ਸਾਈਜ਼ ਇਹਦਾ ਵੀ ਹੱਥੀ ਚਵਾਈ ਵਾਸਤੇ ਵੀ ਸੋਹਣਾ ਪਰ ਜਿੰਨਾ ਦੁੱਧ ਵੀਰ ਦੱਸ ਰਿਹਾ ਉਸ ਹਿਸਾਬ 'ਤੇ ਮਸ਼ੀਨੀ ਚਵਾਈ 'ਤੇ ਹੀ ਰਹਿਣੀ ਹੈ। 38 ਕਿਲੋ ਵੀਰ ਕਹਿੰਦਾ ਪਹਿਲਾਂ ਨੇ ਦੁੱਧ ਪਾਇਆ। 20 ਦਿਨਾਂ ਦੀ ਹਜੇ ਕੱਚੀ ਗਾਂ ਤੁਸੀਂ ਦੇਖ ਰਹੇ ਹੋ, ਚੰਗੇ ਥਨ ਦੀ ਹੈ,
ਹਵਾਨਾ ਕੱਟ ਵਾਲਾ ਚੰਗਾ ਹਵਾਨਾ ਬਣਾਊਗੀ ਬਾਕੀ ਹਜੇ ਟਾਈਮ ਇਹਦਾ ਕਾਫੀ ਪਿਆ ਜਿਹਨੂੰ ਕੱਚੀ ਗਾਂ ਸਮਝ ਚ ਆਉਂਦੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜਦੋਂ ਤਿਆਰ ਹੋ ਗਈ ਵੀਰ ਕਹਿੰਦਾ ਵੀ ਉਦੋਂ ਹੋਰ ਹੀ ਗੱਲਾਂ ਹੋਣਗੀਆਂ ਹਾਲਾਂਕਿ ਇਸ ਟਾਈਮ ਜਿੱਦਾਂ ਦੀ ਦਿਸਦੀ ਉਹ ਤੁਹਾਡੇ ਸਾਹਮਣੇ ਹੈ ਸੋ 20 ਦਿਨ ਬਹੁਤ ਹੁੰਦੇ ਆ ਗਾਂ ਵਾਸਤੇ ਤੇ ਜਦੋਂ ਐਚ ਐਫ ਗਾਂ ਨੇੜ ਆਉਂਦੀ ਹੈ ਤਾਂ ਉਦੋਂ ਹਵਾਨਾ ਉਹਦਾ ਦੇਖਣ ਵਾਲਾ ਹੀ ਹੁੰਦਾ ਸੋ ਅੱਜ ਦੀ ਵੀਡੀਓ 'ਚ ਦੱਸੋ ਇਹ ਨਾਗ 3 ਤੁਹਾਨੂੰ ਦਿਖਾ ਰਿਹਾ ਜਿਹਦੇ 'ਚ 2 ਪਹਿਲਾਂ ਦਿਖਾਤੇ ਅਤੇ ਲਾਸਟ 'ਤੇ ਇੱਕ ਵੱਡੀ ਗਾਂ ਤੁਹਾਨੂੰ ਦਿਖਾਈ ਹੈ ਤੁਸੀਂ ਇਹਨਾਂ 'ਚੋਂ ਜਿਹੜਾ ਪਸ਼ੂ ਤੁਹਾਨੂੰ ਸੋਹਣਾ ਲੱਗਦਾ ਰੇਟ ਦੇ ਹਿਸਾਬ 'ਤੇ ਜੱਚਦਾ ਤਾਂ ਕਾਲ ਬਾਈ ਨੂੰ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਵਾਸਤੇ